ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਗੁਰੂ ਨਾਨਕ ਦੇਵ ਜੰਤਿ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਗੁਰੂ ਨਾਨਕ ਦੇਵ ਜਨਮ ਦਿਵਸ ਦੀ ਪੂਰਵ ਸੰਧਿਆ ਤੇ ਪ੍ਰਧਾਨ ਮੰਤਰੀ ਮੋਦੀ ਅਦਿ ਸ਼ਾਮ ਨੂੰ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਰਹਿائش ਤੇ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨਗੇ ਇਸ ਦੌਰਾਨ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਮਾਗਮ ਤੋਂ ਹਿੱਸਾ ਲੈਣਗੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਸਮਾਗਮ ਕੌਮੀ ਘਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਦੇ ਗ੍ਰੈਬ ਵਿੱਚ ਹੋਵੇਗਾ ਐਸਡੀਪੀਸੀ ਇਲੈਕਸ਼ਨ ਬੀਬੀ ਜਗੀਰ ਕੌਰ ਦੇ ਖੁਲਾਸਿਆਂ ਦਾ ਅਕਾਲੀ ਦਲ ਦੇ ਵਿੱਚ ਖਲਬਲੀ ਡੇਰਾ ਸਿਰਸਾ ਬਾਰੇ ਕਹੀ ਵੱਡੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਬੇਸ਼ੱਕ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਕੋਈ ਫਿਕਰ ਨਹੀਂ ਪਰ ਬੀਬੀ ਜ਼ਗੀਰ ਕੌਰ ਵੱਲੋਂ ਕੀਤੇ ਜਾ ਰਹੇ ਨਿੱਤ ਖੁਲਾਸਿਆਂ ਦੀ ਨਾਲ ਪਾਰਟੀ ਦੀ ਨੀਂਦ ਉੱਡ ਗਈ ਇਹ ਵੀ ਅਹਿਮ ਹੈ ਕਿ ਬੀਬੀ ਜ਼ਗੀਰ ਕੌਰ ਦੇ ਖੁਲਾਸਿਆਂ ਨਾਲ ਸਵਾਲ ਬਾਦਲ ਪਰਿਵਾਰ ਉੱਪਰ ਉਠਰੇ ਨੇ ਬੀਬੀ ਜ਼ਗੀਰ ਕੌਰ ਨੇ ਜਲੰਧਰ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ 2007 ਦੇ ਵਿੱਚ ਗੁਰੂ ਸਾਹਿਬ ਦਾ ਸਵਾਗ ਰਚਿਆ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਐਫਆਈਆਰ ਰੱਦ ਕਰਾਉਣੀ ਬਹੁਤ ਮੰਗਪੱਤੀ ਗੱਲ ਹੈ ਜੇਕਰ ਡੇਰਾ ਮੁਖੀ ਵਿਰੁੱਧ ਪੰਜਾਬ ਸਰਕਾਰ ਗੰਭੀਰਤਾ ਨਾਲ ਕੇਸ ਲੜਦੀ ਤਾਂ 2015 ਵਿੱਚ ਬੇਅਦਬੀ ਵਰਗਾ ਦੁਖਾਂਤ ਨਾ ਵਾਪਰਦਾ ਬੀਬੀ ਜ਼ਗੀਰਕਰ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਲਿਫਾਫਾ ਕਲਚਰ ਵਿਰੁੱਧ ਸਟੈਂਡ ਲਾਇਆ ਜਾਣ ਤੋਂ ਬਾਅਦ ਹੀ ਦੋ ਦਹਾਕਿਆਂ ਤੋਂ ਚੱਲੀ ਆ ਰਹੀ ਪੁਰਾਣੀ ਪੱਥਾਂ ਨੂੰ ਖਤਮ ਕਰਨਾ ਪਿਆ ਤੇ ਪਾਰਟੀ ਨੂੰ ਚੋਣ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕਰਨ ਦੇ ਲਈ ਮਜਬੂਰ ਹੋਣਾ ਪਿਆ ਕਰਜ਼ੇ ਦੀ ਮਾਰ ਚੱਲ ਰਹੇ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ ਤੋਂ ਵੱਡੀ ਖਬਰ ਹੈ ਜਿਸਵੀਰ ਸਿੰਘ ਨੇ ਦੱਸਿਆ ਕਿ ਉਹ ਐਲੂਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਸੋ ਬਾਗਾ ਪ੍ਰਾਣਾ ਦੇ ਬਾਬਾ ਜੀਵਨ ਨਗਰ ਵਾਸੀ ਜਸਵੀਰ ਸਿੰਘ 2.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਜਸਵੀਰ ਨੇ ਦੱਸਿਆ ਕਿ ਉਹ ਐਲੂਮੀਨੀਅਮ ਦਾ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ ਬੀਤੇ ਦਿਨੀ ਉਸਨੇ ਨੰਗਲੈਂਡ ਮੰਥਲੀ ਬੰਪਰ ਡੀਅਰ ਲਾਟਰੀ 500 ਰੁਪਏ ਵਿੱਚ ਖਰੀਦੀ ਸੀ ਜਿਸ ਦਾ ਡਰਾ 2 ਕਰੋੜ ਰੁਪਏ ਨਿਕਲਿਆ ਹੈ ਗੁਰਿੰਦਰ ਡਿੰਪੀ ਸਿੱਧੂ ਮੂਸੇਵਾਲਾ ਦੀ ਫਿਲਮ ਮੂਸਾ ਜੱਟ ਲਿਖਣ ਵਾਲੇ ਗੁਰਿੰਦਰ ਡਿੰਪੀ ਦਾ ਦੇਹਾਂਤ 37 ਸਾਲ ਦੀ ਉਮਰ ਦੇ ਵਿੱਚ ਲਿਆਖਰੀ ਸਾ ਪੰਜਾਬੀ ਫਿਲਮੀ ਅਦਾਕਾਰ ਲੇਖਕ ਨਿਰਦੇਸ਼ਕ ਗੁਰਿੰਦਰ ਡਿੰਪੀ ਨੇ ਦੁਨੀਆ ਨੂੰ ਹਮੇਸ਼ਾ ਦੇ ਲਈ ਹਾਲਵੇ ਦਾ ਕਹਿ ਦਿੱਤਾ ਦੱਸਦੀ ਹੈ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ਮੂਸਾ ਜੱਟ ਲਿਖੀ ਗਈ ਸੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਲੌਂਗ ਲੈਥੀ ਕੈਰੀ ਆਨ ਜੱਟਾ ਤੂੰ ਵਧਾਈਆਂ ਜੀ ਵਧਾਈਆਂ ਊੜਾੜਾ ਜ਼ਖਮੀ ਆਦ ਵੀ ਇਸ ਦਾ ਹਿੱਸਾ ਨੇ ਹਰਿਆਣਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨਹੀਂ ਲੱਗਣ ਦੇਤੇ ਪੈਰ ਤੋਂ ਵੱਡੀ ਖਬਰ ਆਦੀ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਦਮਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਮਨਤ ਜੱਤਪਤ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਜਲਵਾ ਉਮੀਦ ਨਾਲੋਂ ਜ਼ਿਆਦਾ ਫਿੱਕਾ ਪਿਆ ਰਿਹਾ ਜੀ ਭਗਵੰਤ ਮਾਨ ਨੇ ਜਿਮਨੀ ਚੋਣਾ ਵਿੱਚ ਆਪ ਦੇ ਉਮੀਦਵਾਰ ਸਤਿੰਦਰ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ ਪਰ ਉਸ ਦੀ ਜਮਾਨਤ ਹੀ ਜਪਤ ਹੋ ਗਈ ਬੁਢਾਪਾ ਪੈਨਸ਼ਨ ਲੈ ਰਹੇ ਐਨਆਰਆਈਸ ਤੇ ਪੰਜਾਬ ਸਰਕਾਰ ਸਖਤ ਕੀਤੀ ਪੈਨਸ਼ਨ ਬੰਦ ਪਿਛਲੇ 5 ਸਾਲਾਂ ਦੌਰਾਨ 17 ਲੱਖ ਬਜ਼ੁਰਗ ਵਧ ਗਏ ਹਨ ਪਰ ਦੀ ਪੈਨਸ਼ਨ ਕੋਟਾਲੇ ਦਾ ਮਾਮਲਾ ਇੰਨੇ ਦਿਨਾਂ ਵਿੱਚ ਕਾਫੀ ਸੁਰੱਖਿਆ ਚ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੁਟਾਲੇ ਨੂੰ ਉਜਾਗਰ ਕਰਨ ਲਈ ਵਿਭਾਗ ਦੀ ਤਾਰੀਫ ਕੀਤੀ ਹੈ ਦਰਅਸਲ ਮਾਮਲੇ ਉਸ ਸਮੇਂ ਸਰਕਾਰ ਦੇ ਧਿਆਨ ਚ ਉਹ ਜਦੋਂ ਪੈਨਸ਼ਨ ਧਾਰਕਾਂ ਦੇ ਅੰਕੜੇ ਦੇਖੇਗੇ ਪੈਨਸ਼ਨ ਇਹਨਾਂ ਵਿੱਚ ਪਾਇਆ ਗਿਆ ਕਿ ਪਿਛਲੇ 5 ਸਾਲਾਂ ਦੌਰਾਨ 17 ਲੱਖ ਬਜ਼ੁਰਗ ਵਧ ਗਏ ਨੇ ਬਜ਼ੁਰਗਾਂ ਦੀ ਇੰਨੀ ਸੰਖਿਆ ਵਧ ਜਾਣਾ ਸਰਕਾਰ ਨੂੰ ਖੜਕ ਰਿਹਾ ਸੀ ਅਚਾਨਕ ਪੰਜਾਬ ਵਿੱਚ ਇਹਨੇ ਲੋਕ 1 ਸਾਲ ਚ ਬਜ਼ੁਰਗ ਕਿਵੇਂ ਹੋ ਗਏ ਇਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਨਾਲ ਡੋਰ ਟੂ ਡੋਰ ਸਰਵੇ ਕਰਵਾਇਆ ਗਿਆ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਗਈ ਜਿਸ ਦੇ ਵਿੱਚ ਸੱਚ ਸਾਹਮਣੇ ਆ ਗਿਆ ਲੋਕਾਂ ਨੂੰ ਜੀ ਆਇਆਂ ਨੂੰ ਤੇ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਕਹਿ ਕੇ ਸੰਬੋਧਨ ਕਰਨਗੇ ਪੁਲਿਸ ਕਰਮਚਾਰੀ ਕੈਪਟਨ ਸਰਕਾਰ 2002 ਤੇ 2007 ਦੌਰਾਨ ਵੀ ਕਰਮਚਾਰੀਆਂ ਨੂੰ ਇਹ ਜਹੀ ਟ੍ਰੇਨਿੰਗ ਦਿੱਤੀ ਗਈ ਸੀ ਪੰਜਾਬ ਦੇ ਥਾਣਿਆਂ ਅਤੇ ਚੌਕੀਆਂ 'ਚ ਹੁਣ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਿਕਾਇਤਕਰਤਾਵਾਂ ਨੂੰ ਜੀ ਆਇਆਂ ਤੇ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਕਹਿ ਕੇ ਸੰਬੋਧਨ ਕਰਨਗੇ ਇਸ ਵਾਰ ਦੀ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਕਲਾਈ ਦੇ ਰਹੀ ਹੈ ਸਿਕਲਾਈ ਲੈਣ ਵਾਲਿਆਂ ਵਿੱਚ ਇਨਸਪੈਕਟਰ ਸਬ ਇਨਸਪੈਕਟਰ ਸਹਾਇਕ ਸਬ ਇਨਸਪੈਕਟਰ ਹੈੱਡ ਕਾਂਸਟੇਬਲ ਕਾਂਸਟੇਬਲ ਸ਼ਾਮਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 400 ਬਾਈ ਥਾਣਿਆਂ ਤੇ ਚੌਕੀਆਂ ਵਿੱਚ ਫਰੰਟ ਡੈਕਸ ਵੀ ਸਥਾਪਿਤ ਕੀਤੇ ਜਾਣਗੇ ਇਸ ਦੇ ਨਾਲ ਲੋਕਾਂ ਦੀ ਸ਼ਿਕਾਇਤ ਦੂਰ ਹੋ ਜਾਵੇਗੀ ਪੁਲਿਸ ਅਧਿਕਾਰੀ ਕਰਮਚਾਰੀ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ ਜਦੋਂ ਉਹ ਚੌਕੀ ਜਾਂਦੇ ਨੇ ਤਾਂ ਉਹਨਾਂ ਨੂੰ ਸਿਰਫ ਤੂੰ ਤੜਾਕ ਨਾਲ ਹੀ ਗੱਲ ਕੀਤੀ ਜਾਂਦੀ ਚਾਹੇ ਕੋਈ ਅਪਰਾਧ ਕੀਤਾ ਹੈ ਜਾਂ ਨਹੀਂ ਪੁਲਿਸ ਨਾਲ ਸਭ ਨਾਲ ਅਪਰਾਧੀਆਂ ਵਾਂਗ ਹੀ ਗੱਲ ਕਰਦੀ ਆ ਹਥਿਆਰਬੰਦ ਬਲਾਂ ਚ 5 ਸਾਲਾਂ ਚ 2 ਲੱਖ ਨੌਜਵਾਨਾਂ ਨੂੰ ਨੌਕਰੀਆਂ 84000 ਭਰਤੀਆਂ ਕੱਢਣ ਦੀ ਤਿਆਰੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਮੋਦੀ ਸਰਕਾਰ ਦੀ ਯੋਜਨਾ ਰੰਗ ਲਿਆ ਰਹੀ ਹੈ ਜੀ ਕੇਂਦਰ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਨਤੀਜਾ ਪਿਛਲੇ 5 ਸਾਲਾਂ ਵਿੱਚ ਕੇਂਦਰੀ ਹਥਿਆਰਬੰਦ ਬਲਾਂ ਵਿੱਚ ਕਰੀਬ 2 ਲੱਖ ਨੌਜਵਾਨ ਭਰਤੀ ਹੋਏ ਨੇ ਹਥਿਆਰਬੰਦ ਬਲਾਂ ਚ ਅਜੇ ਵੀ 84000 ਅਸਾਮੀਆਂ ਖਾਲੀ ਨੇ ਜਿਨ੍ਹਾਂ ਨੂੰ ਭਰਮ ਦੇ ਲਈ ਕਦਮ ਚੁੱਕੇ ਗਏ ਹਨ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਚ ਕਰੀਬ ਇੱਕ ਲੱਖ ਨੌਜਵਾਨਾਂ ਨੂੰ ਕੇਂਦਰੀ ਹਥਿਆਰਬਲਾਂ ਵਿੱਚ ਭਰਤੀ ਕੀਤਾ ਜਾਣਾ ਹੈ ਤੇ ਵਿਰੋਧੀ ਧਿਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ ਤੇ ਕਈ ਵਾਰ ਸਰਕਾਰ ਤੇ ਨਿਸ਼ਾਨੇ ਸਾਧਿਆ ਤੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਸੀਆਰਪੀਐਫ ਸੀਆਈਐਸਐਫ ਤੇ ਆਰਮ ਅਸਾਮ ਰਾਈਫਲਸ ਦੇ ਵਿੱਚ 5 ਸਾਲਾਂ ਚੋਂ 2 ਲੱਖ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਐਸਜੀਪੀਸੀ ਪ੍ਰਧਾਨ ਦੀ ਚੋਣ ਅਕਾਲੀ ਦਲ ਵੱਲੋਂ ਸਿਆਸੀ ਜੰਗ ਸਿਖਰਾਂ ਤੇ ਸੁਖਬੀਰ ਦੇ ਵਿਰੋਧੀਆਂ ਨੇ ਬਣਾਈ ਰਣਨੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ 9 ਨਵੰਬਰ ਨੂੰ ਹੋਣ ਜਾ ਰਹੀ ਹੈ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਅਰਵਿੰਦਰ ਐਡਵੋਕੇਟ ਹਰਜਿੰਦਰ ਧਾਮੇ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਉਸ ਦਿਨ ਪਹਿਲਾਂ ਹੀ ਐਲਾਨ ਦਿੱਤਾ ਗਿਆ ਹੈ। ਆਖਰੀ ਸਮੇਂ ਤੱਕ ਸਹਿਮਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਪ੍ਰੋਫੈਸਰ ਚੰਦੂ ਮਾਜਰਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਜੇ ਅਸੀਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਆਮ ਸਹਿਮਤੀ ਦੇ ਨਾਲ ਹੀ ਸੰਜੀਤਾ ਮਸਲੇ ਦਾ ਹੱਲ ਕੱਢਿਆ ਜਾਵੇਗਾ। ਆਖਰੀ ਸਮੇਂ ਤੱਕ ਇਸ ਮਹੱਤਵਪੂਰਨ ਮਾਮਲੇ ਵਿੱਚ ਪੂਰੀ ਸੁਹਿਰਦਤਾ ਦੇ ਨਾਲ ਯਤਨ ਕਰਾਂਗੇ। ਸੁਖਬੀਰ ਦੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਢਿੰਸਾ ਸ਼੍ਰੋਮਣੀ ਅਕਾਲੀ ਦਲ ਟੁੱਟਣ ਦੇ ਕਿਨਾਰੇ ਆ ਗੋਲਡੀ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬੀਬੀ ਲਾਂਡਰਾਂ ਨੂੰ ਮਿਲਣ ਪਹੁੰਚੇ ਸੁਖਬੀਰ ਪੰਜਾਬ ਦੇ ਮਾਹੌਲ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਸਿੱਖਾਂ ਪ੍ਰਤੀ ਚੱਲ ਰਹੇ ਪ੍ਰਚਾਰ ਉੱਤੇ ਡੂੰਗੀ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਜੀ ਅੰਮ੍ਰਿਤਸਰ ਵਿਕੇ ਹੋਏ ਕਤਲ ਕੇਸ ਚ ਫੜੇ ਗਏ ਨੌਜਵਾਨ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਨੌਜਵਾਨ ਦੇ ਪਰਿਵਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਜੀ ਇਹ ਵਰਤਾਰਾ ਪੰਜਾਬ ਵਿੱਚ ਜੋ ਵਰਤ ਰਿਹਾ ਹੈ ਪੰਜਾਬ ਲਈ ਸਹੀ ਨਹੀਂ ਸਰਕਾਰ ਇਸ ਵਰਤਾਰੇ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਸਰਕਾਰਾਂ ਇਸ ਵਰਤਾਰੇ ਨੂੰ ਰੋਕਣ ਦੇ ਵਿੱਚ ਅਸਫਲ ਰਹੀਆਂ ਨੇ ਜੇਕਰ ਨਫ਼ਰਤੀ ਪ੍ਰਚਾਰ ਕਰ ਰਹੇ ਲੋਕਾਂ ਤੇ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਮਾੜੇ ਨਤੀਜੇ ਨਿਕਲਣ ਦਾ ਖਦ사 ਹੈ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਹਾਸਲ ਕਰਨ ਦੀਆਂ ਇੱਛਕ ਗੈਰ ਸਰਕਾਰੀ ਸੰਸਥਾਵਾਂ ਤੋਂ ਮੰਗੀਆਂ ਅਰਜ਼ੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਬੱਚਿਆਂ ਔਰਤਾ ਦਿਵਿਆਂਗ ਜਨਾਂ ਬਜ਼ੁਰਗਾਂ ਆਦਿ ਦੀ ਭਲਾਈ ਲਗਾਤਾਰ ਯਤਨ ਕਰ ਰਹੇ ਨੇ ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਪਲਾਨ ਸਕੀਮ ਸੀਐਮਐਮ2 ਅਸਿਸਟੈਂਟ ਟੂ ਐਨਜੀਓ ਅਧੀਨ ਪੰਜਾਬ ਚ ਕੰਮ ਕਰ ਰਹੀਆਂ ਯੋਗ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵਿੱਤੀ ਸਾਲ 2022-23 ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ 21 ਨਵੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਔਸਤਰੀ ਬਾਲ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਬਜ਼ੁਰਗਾਂ ਦਿਵਿਆਂਗ ਜਨਾਂ ਬਜ਼ੁਰਗਾਂ ਆਦਿ ਭਲਾਈ ਸਕੀਮਾਂ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਗੈਰ ਸਰਕਾਰੀ ਸੰਸਥਾਵਾਂ ਤੋਂ ਸਹਿਯੋਗ ਲਈ ਜਾਂਦੀ ਹੈ। ਗੁਰਦੁਆਰਾ ਟਿੱਲਾ ਬਾਬਾ ਫਰੀਦ ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ ਵੀਡੀਓ ਚ ਔਰਤਾਂ ਦੀ ਕਰਤੂਤ ਦੇਖ ਕੇ ਹੋਵੋਗੇ ਹੈਰਾਨ ਸੋ। ਗੁਰਦੁਆਰਾ ਬਾਬਾ ਟਿੱਲਾ ਫਰੀਦ ਵਿੱਚ ਮੱਥਾ ਟੇਕਣ ਆਈ ਔਰਤ ਦੇ ਪਰਸ ਤੋਂ ਦੋ ਛਾਤਰ ਔਰਤਾਂ ਵੱਲੋਂ 40000 ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਟਨਾ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ ਹੈ ਜੀ ਸੀਸੀਟੀਵੀ ਚੋਂ ਸਾਫ ਨਜ਼ਰ ਆ ਰਿਹਾ ਕਿ ਔਰਤ ਆਪਣੇ ਬੱਚੇ ਨੂੰ ਗੋਦ ਚਾੱਕ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਬਾਹਰ ਆ ਕੇ ਪ੍ਰਸ਼ਾਦ ਲੈਣ ਲੱਗਦੀ ਤਾਂ ਦੋ ਔਰਤਾਂ ਵੀ ਪ੍ਰਸ਼ਾਦ ਲੈਣ ਦੇ ਬਹਾਨੇ ਉਸ ਕੋਲ ਆ ਜਾਂਦੀਆਂ ਕਿ ਨੇ ਇੱਕ ਔਰਤ ਮੱਥਾ ਟੇਕਣ ਆਈ ਔਰਤ ਦੇ ਬਿਲਕੁਲ ਨਾਲ ਲਾ ਕੇ ਖੜ ਜਾਂਦੀ ਹੈ ਮੌਕੇ ਦਾ ਫਾਇਦਾ ਚੱਕਦੇ ਆ ਦੂਸਰੀ ਔਰਤ ਨੇ ਬੜੀ ਹਿਚਲਾਕੀ ਨਾਲ ਪਰਸ ਵਿੱਚੋਂ 40000 ਰੁਪਏ ਚੋਰੀ ਕਰਕੇ ਮੌਕੇ ਤੋਂ ਲੁਕੋ ਕੇ ਫਰਾਰ ਹੋ ਜਾਂਦੀ ਹੈ ਪੰਜ ਹਿੰਦੂ ਨੇਤਾਵਾਂ ਨੂੰ ਦਿੱਤੀਆਂ ਬੁਲਟ ਪ੍ਰੂਫ ਜੈਕਟਾਂ ਸੁਰੱਖਿਆ ਸਮੀਖਿਆ ਤੋਂ ਬਾਅਦ ਲਿਆ ਗਿਆ ਫੈਸਲਾ ਪੰਜਾਬ ਦੇ ਵਿੱਚ ਸ਼ਿਵਸਨ ਅਗੂ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਜਿਸ ਸੁਦੀਰ ਸੂਰੀ ਨੇ ਕਤਲ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਲੁਧਿਆਣਾ ਦੇ ਪੰਜ ਹਿੰਦੂ ਆਗੂਆਂ ਨੂੰ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਨੇ ਰਜੀਵ ਟੰਡਨ, ਯੁਗੇਸ਼ ਬਖਸ਼ੀ, ਅਮਿਤ ਰੋੜਾ, ਨਿਰਜ ਭਾਰਦਵਾਜ ਤੇ ਹਰਕੀਕਤ ਖੁਰਾਣਾ ਤੋਂ ਇਲਾਵਾ ਕਾਂਗਰਸੀ ਆਗੂ ਗੁਰਸੇਮਰਨ ਮੰਡ ਬੁਲਟ ਪ੍ਰੂਫ ਜੈਕਟ ਮਿਲਣ ਵਿੱਚ ਸ਼ਾਮਲੇ ਇਸ ਤੋਂ ਪਹਿਲਾਂ ਪੁਲਿਸ ਦਾ ਸੁਰੱਖਿਆ ਵਿੰਗ ਹਿੰਦੂ ਨੇਤਾਵਾਂ ਦੀ ਸੁਰੱਖਿਆ ਦਾ ਜਾਇਜ਼ਾ ਲੈ ਰਿਹਾ ਸੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਮੀਖਿਆ ਰਿਪੋਰਟ ਭੇਜੇ ਜਾਣ ਤੋਂ ਬਾਅਦ ਐਤਵਾਰ ਨੂੰ ਪੁਲਿਸ ਹੈੱਡਕੁਆਰਟਰ ਤੋਂ ਸੁਨੇਹਾ ਆਇਆ ਕਿ ਇਨਾਗਵਾਂ ਨੂੰ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਜਾਂ ਜਾਣ ਜਿਸ ਤੋਂ ਬਾਅਦ ਇਨਾ ਸਾਰੇ ਆਗੂਆਂ ਨੂੰ ਪੁਲਿਸ ਲਾਈਨਜ਼ ਵਿੱਚ ਬੁਲਾਇਆ ਗਿਆ ਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਜੈਕਟਾਂ ਵਹਈਆਂ ਕਰਵਾ ਦਿੱਤੀਆਂ ਗਈਆਂ ਨੇ ਪੰਜਾਬ ਪੁਲਿਸ ਨੂੰ ਤਹਜੀਬ ਦਾ ਪਾਠ ਪੜਾਏਗੀ ਮਾਨ ਸਰਕਾਰ ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਮੈਂ ਤੋਂ ਤਿਲਕੇ ਅਤੇ ਪੁਲਿਸ ਤੇ ਕੁੱਟੇ ਦਾ ਹਿਰਕ ਨਹੀਂ ਕਰਨਾ ਚਾਹੀਦਾ ਇਹ ਸਮਿਆਂ ਦੀ ਗੱਲ ਹੈ ਜਦੋਂ ਸਾਈਕਲ ਵਿੱਚ ਡੰਡਾ ਫਸਾ ਕੇ ਘੁੰਮਦਾ ਗਲੀਆਂ ਘੁੰਮਦੇ ਪੁਲਸੀਆਂ ਨੂੰ ਵੇਖ ਕੇ ਨਿਆਣੇ ਘਰਾਂ ਵਿੱਚ ਲੁਕ ਜਾਂਦੇ ਸਨ ਹੁਣ ਸਮਾਂ ਨਹੀਂ ਰਿਹਾ ਵਕਤ ਨੇ ਕਰਵਟ ਲਲੀ ਦੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਰੀ ਸਿੰਘ ਨਲਵਾ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ ਹਰੀ ਸਿੰਘ ਨਲਵੇ ਦਾ ਪੂਰਾ ਇਤਿਹਾਸ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਵਾਲੇ ਦੇ 8 ਨਵੰਬਰ ਸਵੇਰੇ 10 ਵਜੇ ਰਿਲੀਜ਼ ਹੋਵੇਗਾ ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜਿਸ ਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਗਿਆ ਅਸਲ ਵਿੱਚ ਵਾਰ ਜੋ ਉਸਨੇ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲਵਾ ਤੇ ਗਾਇਆ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁਖੀ ਸਨ ਮਹਾਨ ਲੜਾਕੂ ਹਰੀ ਸਿੰਘ ਨਲਵਾ ਨੇ ਪਠਾਣਾਂ ਦੇ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਵਾਈ ਹਰੀ ਸਿੰਘ ਨਲਵਾ ਨੂੰ ਭਾਰਤ ਦੇ ਸਰਬੋਤਮ ਯੋਧਿਆਂ ਵਿੱਚ ਪਹਿਲਾ ਸਥਾਨ ਦਿੱਤਾ ਜਾਂਦਾ ਹੈ ਉਹਨਾਂ ਦੀ ਅਗਵਾਈ ਵਿੱਚ ਕਸੂਰ ਸਿਆਲਕੋਟ ਆਟਕ ਮਲਤਾਨ ਕਸ਼ਮੀਰ ਪਸ਼ਾਵਰਤ ਜਮਰੌਦ ਦੀਆਂ ਲੜਾਈਆਂ ਜਿੱਤੀਆਂ ਗਈਆਂ ਆਸਟ੍ਰੇਲੀਆ ਤੋਂ ਗ੍ਰਫਤਾਰੀ ਤੋਂ ਬਾਅਦ ਗੁਣ ਕਾਥਿਲਕਾਂ ਨੂੰ శ్రీਲੰਕਾ ਕਰਕਟਰ ਨੇ ਕੀਤਾ ਮੁਅਤਲ ਝੂਠੇ ਪੁਲਿਸ ਮੁਕਾਬਲੇ 'ਚ ਦੋ ਸਾਬਕਾ ਥਾਣੇਦਾਰਾਂ ਨੂੰ ਉਮਰ ਕੈਦ 1993 ਵਿੱਚ ਪੁਲਿਸ ਮੁਕਾਬਲੇ ਵਿੱਚ ਹਰਬੰਸ ਸਿੰਘ ਇੱਕ ਅਣਪਛਾਤੇ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਥਾਣੇਦਾਰ ਸ਼ਮਸ਼ੀਰ ਸਿੰਘ ਜਗਤਾਰ ਸਿੰਘ ਨੂੰ ਤਾਰਾ 302 120 ਬੀ ਤੇ 218 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਵਿਆਹ ਵਿੱਚ ਸ਼ਰਯਾਮ ਚੱਲੀਆਂ ਗੋਲੀਆਂ ਲਾ ਐਂਡ ਆਰਡਰ ਦੀ ਸਥਿਤੀ ਨੂੰ ਦੇਖ ਕੇ ਐਨ ਆਰ ਐਸ ਨੇ ਕਿਹਾ ਮੋੜ ਨਹੀਂ ਆਵਾਂਗੇ ਪੰਜਾਬ ਅਮਰਤਸਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਵਿਆਹ ਸਮਾਰੋਹ 'ਚ ਸ਼ਰਾਬ ਪੀ ਕੇ ਨੌਜਵਾਨਾਂ ਵੱਲੋਂ ਨੇਵਾ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ ਗੋਲੀਆਂ ਚੱਲਦੇ ਨਾਲ ਹੀ ਉੱਥੇ ਭਗਦੜ ਮੱਚ ਗਈ ਕੜਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਕੜਨਾ ਦਾ ਜਾਇਜ਼ਾ ਲਿਆ ਵਿਆਹ ਤੇ ਕੜਨਾ ਤੋਂ ਬਾਅਦ ਪੰਜਾਬ ਦੇ ਵਿੱਚ ਲॉ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਐਨਆਰਆਈਸ ਨੇ ਪੰਜਾਬ ਆਉਣ ਤੋਂ ਕਿਨਾਰਾ ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਭਵਿੱਖ ਵਿੱਚ ਕਦੇ ਵੀ ਪੰਜਾਬ ਆ ਕੇ ਬਿਆਨ ਨਹੀਂ ਕਰਾਂਗੇ। ਬਾਕੀ ਐਨਆਰਆਈਸ ਨੂੰ ਅਪੀਲ ਇੱਥੇ ਨਾ ਆਉਣਾ ਪੰਜਾਬ ਦਾ ਮਾਹੌਲ ਸਹੀ ਨਹੀਂ ਹੈ। ਅਮਰੀਕਾ ਕੈਨੇਡੀਅਨ ਐਮਬੈਸੀ ਦੇ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਕਿਸੇ ਨੇ ਪ੍ਰਵਾਨ ਨਹੀਂ ਕੀਤੀ ਸੰਧੂ ਤੇ ਕਮਰਦੀਪ ਨੇ ਕਿਹਾ ਕਿ ਸਾਡੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਬੱਚੇ ਖੌਫਚੁ ਹਨ ਤੇ ਸਹਿਮੇ ਹੋਏ ਹਨ ਵਾਪਸ ਜਾ ਰਹੇ ਹਨ ਕਮਰਦੀਪ ਨੇ ਕਿਹਾ ਜੂ ਇਨਸਾਫ ਲੈਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤਰਨਾ ਦੇਣਗੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਤਰਨਾ ਦੇਣ ਦੇ ਲਈ ਬੈਠਣਗੇ EWS ਕੋਟੇ ਤਹਿਤ te 10% ਦੀ ਰਾਖਵਾ ਕਰਨ ਜਾਰੀ ਰਹੇਗਾ ਸੁਪਰੀਮ ਕੋਰਟ ਦਾਖਲੇ ਤੇ ਸਰਕਾਰੀ ਨੌਕਰੀਆਂ ਦੇ ਵਿੱਚ EWS ਕੋਟੇ ਨੂੰ ਲੈ ਕੇ ਧਾਰਪ ਪਟੀਸ਼ਨਾਂ ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ EWS ਕੋਟੇ ਤਹਿਤ te 10% ਦੀ ਰਾਖਵਾ ਕਰਨ ਜਾਰੀ ਰਹੇਗਾ ਜਨਰਲ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 10% ਦੀ ਰਾਖਵੇਂ ਕਰਨ ਦੀ ਵਿਵਸਥਾ ਨੂੰ ਬਰਕਰਾਰ ਰੱਖਿਆ ਪੰਜ ਜੱਜਾਂ ਦੇ ਬੈਂਚ ਵਿੱਚੋਂ ਚਾਰ ਜੱਜਾਂ ਨੇ ਸੰਵਿਧਾਨ ਦੇ 103ਵੇਂ ਸੋ ਐਕਟ 2019 ਨੂੰ ਬਰਕਰਾਰ ਰੱਖਿਆ ਤੇ ਇਸ ਨੂੰ ਸੁਪਰੀਮ ਕੋਰਟ ਵਿੱਚ ਮੋਦੀ ਸਰਕਾਰ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਅਰੋਹਿਤ ਸ਼ਰਮਾ ਨੂੰ ਮਿਲਣ ਲਈ ਮੈਦਾਨ 'ਚ ਪਹੁੰਚੇ ਉਹਨਾਂ ਦੇ ਫੈਨ ਲੱਗਾ 5.8 ਲੱਖ ਰੁਪਏ ਦਾ ਜੁਰਮਾਨਾ ਟੀਮ ਇੰਡੀਆ ਨੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਜ਼ਿੰਬਾਬਵੇ ਨੂੰ ਹਰਾ ਕੇ ਸੁਪਰ 12 ਮੈਚਾਂ ਦੇ ਵਿੱਚ ਭਾਰਤ ਦੇ ਸਭ ਤੋਂ ਵੱਧ 8 ਅੰਕ ਹਾਸਲ ਕਰਕੇ ਆਪਣੇ ਗਰੁੱਪ ਵਿੱਚ ਸਿਖਰ ਤੇ ਆ ਭਾਰਤੀ ਟੀਮ ਹੁਣ ਸੈਮੀਫਾਈਨਲ 'ਚ ਜਿੱਥੇ 10 ਨਵੰਬਰ ਨੂੰ ਐਡਿਲੇਟ ਚੁਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ ਇਸ ਜਿੱਤ ਦੇ ਨਾਲ ਟੀਮ ਇੰਡੀਆ ਫਾਈਨਲ ਦੇ ਵਿੱਚ ਜਗ੍ਹਾ ਬਣਾਵੇਗੀ ਐਨ ਆਈ ਨਹੀਂ ਸੁਰੱਖਿਆ ਕੇਡਾ ਤੋੜ ਕੇ ਮੈਦਾਨ 'ਚ ਪਹੁੰਚੇ ਖੇਡ 'ਚ ਰੁਕਾਵਟ ਪਾਉਣ ਤੇ ਉਸ ਪੱਖੇ ਤੇ 5.80 ਹਜ਼ਾਰ ਦਾ ਜੁਰਮਾਨਾ ਲਾ ਦਿੱਤਾ ਗਿਆ ਹੈ ਖਾਲਸਤਾਨੀ ਜਿੰਦਾਬਾਦ ਦੇ ਪੋਸਟਰ ਲਗਾਉਣ ਵਾਲੇ ਮਲਕੀਤ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਲਾਇਕ ਹਾਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੇ ਸ਼ਿਵਸਨ ਹਿੰਦੂਸਤਾਨ ਦੇ ਪ੍ਰਧਾਨ ਸੁਦੀਰ ਸੂਰੀ ਦਾ ਕਤਲ ਤੋਂ ਬਾਅਦ ਸਿੱਖ ਫੋਰ ਜਸਟਿਸ ਦੇ ਦੋਸ਼ੀ ਸੰਦੀਪ ਸਿੰਘ ਅਸੰਨੀ ਨੂੰ 10 ਲੱਖ ਰੁਪਏ ਦੇਣ ਦਾ ਦਾਵਾ ਕੀਤਾ ਜਾ ਰਿਹਾ ਜੀ ਵਾਦਾ ਕੀਤਾ ਜਾ ਰਿਹਾ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਹੈ ਜੀ ਸੁਲਤਾਨਵਿੰਡ ਖੇਤਰ ਦੇ ਰਹਿਣ ਵਾਲੇ ਨੌਜੌਣ ਮਲਕੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਪੰਨੂ ਨਾਲ ਮਿਲ ਕੇ ਜੇ ਆਪਣੇ ਨਾਲ ਮਿਲਾ ਲਿਆ ਇਸ ਤੋਂ ਬਾਅਦ ਉਹਨਾਂ ਦੇ ਗੱਲਾਂ ਨੇ ਪੁੱਸਤੇ ਪੁੱਤ ਦੇ ਦਿਲੋਂ ਦਿਮਾਗ ਤੇ ਘਰ ਘਰ ਗਈਆਂ ਤੇ ਪੰਨੂ ਦੀ ਹਰ ਗੱਲ ਮੰਨਣ ਲਈ ਤਿਆਰ ਹੋਣ ਲੱਗਾ ਉਸਨੇ 2017 ਨੂੰ ਸੌਲਤਾਨ ਮੈਂਡ ਚੋਂ ਖਾਲਸਾਤਨ ਜਿੰਦਾਬਾਦ ਦੇ ਪੋਸਟਰ ਲਾਇਆ ਜਿਸ ਤੋਂ ਬਾਅਦ ਜਾਂਚ ਦਰਾਂਨ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਤੇ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿੱਚ ਹੈ 5 ਸਾਲਾਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਮੋਰ ਖੁੱਲੇਗਾ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ 230 ਮਿਲੀਅਨ HK ਡਾਲਰ ਦੇ ਨਵ ਨਿਰਮਾਣ ਕਾਰਜਾਂ ਤੋਂ ਬਾਅਦ ਹੋਵੇਗਾ ਉਦਘਾਟਨ ਹਾਂਗਕਾਂਗ ਦੇ ਇਕ ਲਾਉਤੇ ਸਿੱਖ ਗੁਰਦੁਆਰਾ ਸਾਹਿਬ ਜੋ ਕਿ 230 ਮਿਲੀਅਨ ਜਾਨਕੀ 29 ਮਿਲੀਅਨ ਅਮਰੀਕੀ ਡਾਲਰ ਦੇ 5 ਸਾਲਾਂ ਦੇ ਨਵੀਨੀਕਰਨ ਤੋਂ ਬਾਅਦ ਮੰਗਲਵਾਰ ਨੂੰ ਦੁਬਾਰਾ ਖੋਲਿਆ ਜਾ ਰਿਹਾ ਹੈ ਇਸ ਵਿੱਚ ਤਿੰਨ ਮੰਜ਼ਿਲਾ ਇਮਾਰਤ ਵਿੱਚ ਇੱਕ ਮੈਡੀਕਲ ਸੈਂਟਰ ਇੱਕ ਵਿਸ਼ਾਲ ਰਸੋਈ ਪਾਸ਼ਾ ਦੀਆਂ ਕਲਾਸਾਂ ਸ਼ਾਮਲ ਨੇ ਤੇ 5000 ਤੋਂ ਵੱਧ ਸਿੱਖ ਅਤੇ ਸਿੱਖ ਧਰਮ ਦੇ ਸ਼ਰਦ ਆਲੂ ਬਾਣ ਚਾਹੀਦੇ ਖਾਲਸਾ ਦੀਵਾਨ ਵਿੱਚ ਗੁਰਦੁਆਰੇ ਦੇ ਪੁਨਰ ਜਨਮ ਨੂੰ ਦਰਸਾਉਣ ਲਈ ਤਿੰਨ ਦਿਨਾਂ ਦੇ ਜਸ਼ਨ ਦੀ ਸ਼ੁਰੂਆਤ ਲਈ ਇਕੱਠੇ ਹੋਏ ਨੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ ਅੱਜ ਸਿੱਦੇ ਬੈਂਕ ਖਾਤਿਆਂ ਦੇ ਵਿੱਚ ਆਉਣਗੇ 1500 ਕਰੋੜ ਰੁਪਏ ਦੀ ਰਾਸ਼ੀ ਸੋ ਚਾਲਰੀ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ 184409 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਮੋਟੀ ਰਕਮ ਅੱਜ ਟਰਾਂਸਫਰ ਕਰ ਦਿੱਤੀ ਜਾਵੇਗੀ ਇੱਥੋਂ ਇਹਦੀ ਖਰੀਦ 30 ਨਵੰਬਰ ਤੱਕ ਜਾਰੀ ਰਹੇਗੀ ਦਿਨ ਦਿਹਾੜੇ ਹੋਏ ਸੁਦੀਰ ਸੂਰੀ ਦੇ ਕਤਲ ਨਾਲ ਖੜੇ ਹੋਏ ਕਈ ਸਵਾਲ ਪੰਜਾਬ ਪੁਲਿਸ ਦੀਆਂ ਵਧੀਆਂ ਚੁਣੌਤੀਆਂ ਸੋ ਵੱਖਰੇ ਵੱਖਰੇ ਗੁੱਟਾਂ ਦੇ ਵਿੱਚੋਂ ਆਗੂ ਸੁਦੀਰ ਸੂਰੀ ਨੂੰ ਜਿਸ ਤਰੀਕੇ ਨਾਲ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਉਸ ਤੇ ਹੁਣ ਪਤਾ ਲੱਗਦਾ ਹੈ ਕਿ ਸੂਬੇ ਚ ਸਮਾਜ ਵਿਰੋਧੀ ਅੰਸਰਾਂ ਦੀਆਂ ਸਰਗਰਮ ਸਰਗਰਮੀਆਂ ਜਿਹੜੀਆਂ ਬਾਦੀਆਂ ਜਾ ਰਹੀਆਂ ਨੇ ਜੋ ਰਾਜ ਦੀ ਅਮਨ ਸ਼ਾਂਤੀ ਲਈ ਖਤਰਾ ਹਨ ਤੇ ਇਸ ਗੱਲ ਚ ਕੋਈ ਹੈਰਾਨੀ ਨਹੀਂ ਇਸ ਵਾਰ ਦਾ ਤੋਂ ਬਾਅਦ ਪੰਜਾਬ ਚ ਕਾਲੇ ਦਿਨਾਂ ਦੀ ਦਹਿਸਤ ਲਈ ਅਫਸੋਸਜਨਕ ਅਫਸੋਸਨਾਕ ਵਾਪਸੀ ਦੀਆਂ ਗੱਲਾਂ ਮੁੜ ਹੋਣ ਲੱਗ ਪਈਆਂ ਨੇ ਇਹੋ ਕਰਨਾ ਕਿ ਹੱਤਿਆਕਾਂ ਦੇ ਦੇ ਵਿੱਚ ਜਾਂਚ ਚੋ ਕੌਮੀ ਏਜੰਸੀ ਵੀ ਸ਼ਾਮਲ ਹੈ ਫਿਲਹਾਲ ਇਹ ਕੋਈ ਸਪਸ਼ਟ ਨਹੀਂ ਕਿਸ ਦੀ ਸੂਰੀ ਦੀ ਹੱਤਿਆ ਦੀ ਸਾਜ਼ਿਸ਼ ਕੇਸ ਨੇ ਰਚੀ ਸੀ ਬੈਗ ਨਿਊਜ਼ ਆ ਜੀ ਰੇਲ ਮੰਤਰੀ ਦਾ ਵੱਡਾ ਐਲਾਨ ਹੁਣ ਰੇਲ ਗੱਡੀ ਚ ਔਰਤਾਂ ਨੂੰ ਮਿਲੇਗੀ ਕਨਫਰਮ ਟਿਕਟ ਪਰੇਸ਼ਾਨ ਨਹੀਂ ਹੋਣਾ ਪਵੇਗਾ ਜੀ ਰੇਲ ਮੰਤਰੀ ਆਸ਼ਨਾ ਵੀ ਵੈਸ਼ਨਵ ਨੇ ਔਰਤਾਂ ਦੀ ਸਹੂਲਤ ਨੂੰ ਧਿਆਨ ਚ ਰੱਖਦੇ ਹੋ ਵੱਡਾ ਐਲਾਨ ਕੀਤਾ ਐਲਾਨ ਅਨੁਸਾਰ ਜਿਸ ਤਰ੍ਹਾਂ ਬਸ ਤੇ ਮੈਟਰੋ ਵਿੱਚ ਔਰਤਾਂ ਲਈ ਵੱਖਰੀਆਂ ਤੇ ਰਾਖਮੀਆਂ ਸੀਟਾਂ ਹੁੰਦੀਆਂ ਨੇ ਉਸੇ ਤਰ੍ਹਾਂ ਭਾਰਤੀ ਰੇਲਵੇ ਵੀ ਔਰਤਾਂ ਦੇ ਲਈ ਰਾਖਮੀਆਂ ਸੀਟਾਂ ਰੱਖੇਗੀ ਸੁਰੱਖਿਆ ਲਈ ਤਿਆਰ ਕੀਤੀ ਗਈ ਯੋਜਨਾ ਸ slips class ਵਿੱਚ 6 ਬਰਥਾ ਹੋਣਗੀਆਂ ਰਾਖਮੀਆਂ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਰਾਖਵਾ ਕਰਨਾ ਤੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਬੰਧ ਵੀ ਕੀਤੇ ਗਏ ਨੇ ਪਾਕ ਦੀ ਵਾਗਾ ਸਰਹੱਦ ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸਰਦਾਲੂ ਵੀਡੀਓ ਵਾਇਰਲ ਕਰਕੇ ਮੰਗੀ ਮਦਦ ਅਨੇਕਾਂ ਸਰਦਾਲੂ ਵੀਡੀਓ ਵਾਇਰਲ ਕਰਕੇ ਲੰਗਰ ਅਤੇ ਪਾਣੀ ਦੀ ਮੰਗ ਕਰ ਰਹੇ ਨੇ ਭਾਰਤੀ ਸਿੱਖ ਸਰਦਾਲਵਾਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਪੂਜਯ ਸ਼ੰਗਾਰਾ ਸਿੰਘ ਨੇ ਆਪਣੇ ਮੋਬਾਈਲ ਤੋਂ ਵੀਡੀਓ ਵਾਇਰਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮਿਨੂ ਇਸ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਤੇ ਪਾਕਿਸਤਾਨ ਤੋਂ ਭਾਰਤ ਪਾਕਿਸਤਾਨ ਤੋਂ ਭਾਰਤ ਤੋਂ ਪਾਕਿਸਤਾਨ ਪੁੱਜੇ ਸਿੱਖ ਸ਼ਰਧਾਲੂ ਕਿਵੇਂ ਦੇਰ ਰਾਤ ਪਾਕਿਸਤਾਨ ਦੇ ਵਾਗਾ ਸਰਹੱਦ ਤੇ ਇਮੀਗ੍ਰੇਸ਼ਨ ਕਸਟਮ ਦੇ ਬਾਹਰ ਖੁੱਲੇ ਮੈਦਾਨਾਂ 'ਚ ਸੁੰਨਸਾਨ ਸੜਕ ਤੇ ਬੈਠੇ ਬਹੁਤ ਹੀ ਡਾਢੇ ਪਰੇਸ਼ਾਨ ਹੋਏ ਸਹਾਇਤਾ ਦੀ ਮੰਗ ਕਰ ਰਹੇ ਨੇ ਸ਼ਿਵ ਸੈਨਾ ਅਗੂ ਸੁਦੀਰ ਸੂਰੀ ਕਤਲ ਕੇਸ ਨੂੰ ਸੈੱਟ ਕਰੇਗੀ ਜਾਂਚ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਸੀ ਸੰਦੀਪ ਪੁਲਿਸ ਨੇ ਮੁੱਲ ਲੱਜਮਾ ਕੋਲੋਂ ਲਾਇਸੈਂਸੀ ਹਥਿਆਰ ਬਰਾਮਦ ਵੀ ਕੀਤੇ ਨੇ ਜੀਵੀ ਸਮੇਲਨਾਂ ਦੀਆਂ ਤਿਆਰੀਆਂ ਦਾ ਜਾਜਾ ਲੈਂਨ ਸੰਬੰਧੀ ਸਬਕਮੇਟੀ ਦੀ ਪਹਿਲੀ ਮੀਟਿੰਗ ਅੱਜ ਮੋਦੀ ਸਰਕਾਰ ਪੱਕਾ ਹੱਲ ਕੱਢੇ ਦਾ ਪੰਜਾਬ ਦੇ ਲੋਕ ਪਰਾਲੀ ਨਹੀਂ ਛਾੜਨਗੇ ਭਗਵੰਤ ਮਾਨ ਦਾ ਵੱਡਾ ਤੇ ਤਿੱਖਾ ਬਿਆਨ ਪੰਜਾਬ ਦੇ ਵਿੱਚ 8 ਨਵੰਬਰ ਨੂੰ ਸੇਵਾ ਕੇਂਦਰਾਂ ਦੇ ਵਿੱਚ ਛੁੱਟੀ ਰਹੇਗੀ ਆਲਮੋਸਟ ਸਕੂਲਾਂ ਦੇ ਵਿੱਚ ਵੀ ਛੁੱਟੀ ਹੈ ਤੇ ਸੁਦੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਨਿਸ਼ਾਂਤ ਸ਼ਰਮਾ ਦਾ ਖਤਰਾ ਵਧਿਆ ਫੋਨ ਕਰਕੇ ਗਿਆ ਹੁਣ ਤੇਰੀ ਵਾਰੀ ਆ ਤੂੰ ਵੀ ਤਿਆਰੀ ਕਰ ਲਾ ਪਰਮੇਸ਼ਵਰ ਮਾ ਬੀ ਪ੍ਰਾਕ ਦਾ ਵਿਵਾਦ ਮੋੜ ਹੋਇਆ ਤਾਜਾ ਸਿੰਗਰ ਨੇ ਅੱਗ ਬਬੂਲਾ ਹੋ ਕੇ ਪਾਈ ਪੋਸਟ ਫਰੋਜ਼ਪੁਰ ਜੋ ਕਣਕ ਲਾ ਰਹੇ ਪਿਉ ਬੁੱਤ ਤੇ ਹਮਲਾ ਨੇਵਾ ਚਲਾਈਆਂ ਗਈਆਂ ਗੋਲੀਆਂ ਸਮੂਦਗੀ ਤੋਂ ਖੇਤ ਚ ਕੰਮ ਕਰ ਰਹੇ ਕਿਸਾਨ ਦੇ ਫਰਿੰਗ ਕਰਕੇ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੈਨਸ਼ਨ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ